ਏਬੀਸੀ ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਕੇਂਦਰੀ ਖੇਡ ਮੰਤਰਾਲੇ ਵੱਲੋਂ ਵੱਡਾ ਫੈਸਲਾ, ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸਮੇਤ ਸਮੁੱਚੇ ਫੈਡਰੇਸ਼ਨ ਨੂੰ ਕੀਤਾ ਮੁਅੱਤਲ। ਅੱਤਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਇੱਕ ਰਿਟਾਇਰਡ SSP ਨੂੰ ਗੋਲੀ ਮਾਰ ਕੇ ਕੀਤੀ ਹੱਤਿਆ। ਮਿਮਿਕਰੀ ਵਿਵਾਦ 'ਤੇ ਦੇਸ਼ ਦੇ ਉਪ ਰਾਸ਼ਟਰਪਤੀ ਦੀ ਵੱਡੀ ਟਿੱਪਣੀ, ਖੁਦ ਨੂੰ ਦੱਸਿਆ ਪੀੜਤ। ਕੇਰਲ ਸਰਕਾਰ ਦੇ ਦੋ ਮੰਤਰੀਆਂ ਨੇ ਦਿੱਤਾ ਅਸਤੀਫਾ। ਪਿਛਲੇ 5 ਸਾਲਾਂ ਵਿੱਚ ਟ੍ਰਿਪਲ ਤਲਾਕ ਤੋਂ ਬਾਅਦ ਵੀ ਆਏ 13 ਲੱਖ ਕੇਸ। ਅਤੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਖਾਕਾ ਤਿਆਰ, ਸਹਿਮਤੀ ਬਣੀ ਤਾਂ 2029 'ਚ ਕਰੀਬ 25 ਸੂਬਿਆਂ 'ਚ ਹੋਵੇਗੀ ਇੱਕੋ ਵੇਲੇ ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ। ਹੁਣ ਖਬਰਾਂ ਵਿਸਥਾਰ। ਪਿਛਲੇ 11 ਦਿਨ ਤੋਂ ਵਿਵਾਦਾਂ ਵਿੱਚ ਘਿਰੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਨਵੀਂ ਢਾਂਚੇ ਨੂੰ ਖੇਡ ਮੰਤਰਾਲੇ ਨੇ ਮੁਅੱਤਲ ਕਰ ਦਿੱਤਾ। 3 ਦਿਨ ਪਹਿਲਾਂ ਹੀ 21 ਦਸੰਬਰ ਨੂੰ ਹੀ ਰੈਸਲਿੰਗ ਫੈਡਰੇਸ਼ਨ ਦੇ ਚੋਣਾਂ ਹੋਈਆਂ ਸੀ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਵਾਦਿਤ MP ਬ੍ਰਜਭੂਸ਼ਣ ਸਰਨ ਸਿੰਘ ਦੇ ਕਰੀਬੀ ਸਾਥੀ ਸੰਜੇ ਸਿੰਘ ਪ੍ਰੈਜੀਡੈਂਟ ਚੁਣੇ ਗਏ ਸਨ। ਨਵੇਂ ਪ੍ਰਧਾਨ ਦੀ ਜਿੱਤ ਤੋਂ ਬਾਅਦ 28 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵੀ ਟੂਰਨਾਮੈਂਟ ਦਾ ਐਲਾਨ ਕੀਤਾ ਸੀ ਅਤੇ ਇਸੇ ਦੌਰਾਨ ਖਬਰ ਆ ਗਈ ਕਿ ਸਮੁੱਚੇ ਢਾਂਚੇ ਨੂੰ ਮੁਅੱਤਲ ਕੀਤਾ ਜਾਂਦਾ। ਖੇਡ ਮੰਤਰਾਲੇ ਦੇ ਇਸ ਫੈਸਲੇ 'ਤੇ ਸਾਕਸ਼ੀ ਮਲਿਕ ਦੀ ਮਾਂ ਕ੍ਰਿਸ਼ਨਾ ਮਲਿਕ ਨੇ ਵੀ ਖੁਸ਼ੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਮੇਰੀ ਬੇਟੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ, ਉਸ 'ਤੇ ਹੁਣ ਦੁਬਾਰਾ ਵਿਚਾਰ ਕੀਤਾ ਜਾਊਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਫੁੱਟਪਾਥ 'ਤੇ ਪਦਮ ਸ਼੍ਰੀ ਰੱਖ ਕੇ ਆਏ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਸਨਮਾਨ ਵਾਪਸ ਲੈਣ ਦੀ ਗੱਲ ਆਖੀ ਹੈ। ਬ੍ਰਿਜਭੂਸ਼ਣ ਦੇ ਕਰੀਬੀ ਦੀ ਜਿੱਤ ਦੇ ਵਿਰੋਧ 'ਚ ਓਲੰਪਿਕ ਖਿਡਾਰੀਆਂ ਨੇ, ਮੈਡਲਿਸਟ ਖਿਡਾਰੀਆਂ ਨੇ, ਜਿਨ੍ਹਾਂ 'ਚ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਪਦਮ ਸ਼੍ਰੀ ਲਟਾ ਦਿੱਤਾ ਸੀ। ਉਸ ਤੋਂ ਬਾਅਦ ਵਰਿੰਦਰ ਉਰਫ ਗੁੰਗਾ ਪਹਿਲਵਾਨ ਨੇ ਵੀ ਪਦਮ ਸ਼੍ਰੀ ਲਟਾਉਣ ਦਾ ਐਲਾਨ ਕਰ ਦਿੱਤਾ ਸੀ। ਜਦ ਬ੍ਰਿਜਭੂਸ਼ਣ ਪਿਛਲੇ ਢਾਂਚੇ ਦੇ ਵਿੱਚ ਪ੍ਰਧਾਨ ਸਨ ਤਾਂ ਉਸ ਵੇਲੇ ਸੰਜੇ ਸਿੰਘ ਜੁਆਇੰਟ ਸੈਕਟਰੀ ਸਨ ਅਤੇ ਉਸੇ ਖੇਮੇ ਦੇ ਹੀ ਮੰਨੇ ਜਾਂਦੇ ਸੀ। ਸੰਜੇ ਸਿੰਘ ਨੇ ਚੋਣਾਂ ਵਿੱਚ ਕਾਮਨਵੈਲਥ ਚੈਂਪੀਅਨ ਅਨੀਤਾ ਸਿੰਘ ਸ਼ਰੋਨ ਨੂੰ ਹਰਾ ਕੇ ਨਵੇਂ ਪ੍ਰਧਾਨ ਬਣੇ ਸੀ। ਸੰਜੇ ਸਿੰਘ ਦੀ ਜਿੱਤ ਤੋਂ ਬਾਅਦ ਬ੍ਰਿਜਭੂਸ਼ਣ ਦੇ ਬੇਟੇ ਨੇ ਕਿਹਾ ਸੀ ਕਿ ਸਾਡਾ ਦਬਦਬਾ ਪਹਿਲੇ ਵੀ ਸੀ ਅਤੇ ਅੱਗੇ ਵੀ ਰਹੇਗਾ। ਜਿਸ ਤੋਂ ਬਾਅਦ ਭਾਰਤੀ ਪਹਿਲਵਾਨ ਖਿਡਾਰੀਆਂ ਨੇ ਰੋਸ ਵਜੋਂ ਮੈਡਲ ਵੀ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਸੀ, ਇੱਥੋਂ ਤੱਕ ਪਦਮ ਸ਼੍ਰੀ ਵੀ, ਅਤੇ ਨਾਲ ਦੀ ਨਾਲ ਕੁਸ਼ਤੀ ਛੱਡਣ ਦਾ ਵੀ ਫੈਸਲਾ ਕਰ ਦਿੱਤਾ ਸੀ। ਹਾਲਾਂਕਿ ਜਦੋਂ ਮੈਡਲ ਅਤੇ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤੇ ਗਏ ਸੀ ਤਾਂ ਖੇਡ ਮੰਤਰਾਲੇ ਨੇ ਕਿਹਾ ਸੀ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ, ਲੇਕਿਨ ਹੁਣ ਵੱਧਦੇ ਵਿਵਾਦ ਕਾਰਨ ਖੇਡ ਮੰਤਰਾਲੇ ਨੇ ਸਮੁੱਚੀ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀਆਂ ਨੇ ਇੱਕ ਰਿਟਾਇਰਡ SSP ਮੁਹੰਮਦ ਸ਼ਫੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਆ। ਸ਼ਫੀ ਗਾਂਟਾਮੂਲਾ ਸ਼ੀਰੀ ਮਸਜਿਦ ਦੇ ਸਵੇਰੇ ਨਮਾਜ਼ ਪੜ੍ਹ ਰਹੇ ਸਨ, ਉਸੇ ਦੌਰਾਨ ਅੱਤਵਾਦੀਆਂ ਨੇ ਉਹਨਾਂ 'ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ। ਹਸਪਤਾਲ ਲਿਜਾਣ ਵੇਲੇ ਹੀ ਉਹਨਾਂ ਦੀ ਰਾਸਤੇ 'ਚ ਮੌਤ ਹੋ ਗਈ। ਸ਼ਮਨ ਮੁਹੰਮਦ ਸ਼ਫੀ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ 4 ਗੋਲੀਆਂ ਲੱਗੀਆਂ ਸੀ। ਕਸ਼ਮੀਰ ਜ਼ੋਨ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਸਵੇਰੇ 8:30 ਇੱਕ ਪੋਸਟ ਸਾਂਝੀ ਕੀਤੀ ਕਿ ਅੱਤਵਾਦੀਆਂ ਨੇ ਬਾਰਾਮੂਲਾ ਵਿੱਚ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਮੁਹੰਮਦ ਸ਼ਫੀ 'ਤੇ ਉਸ ਵੇ ਗੋਲੀਆਂ ਚਲਾਈਆਂ ਜਦੋਂ ਮਸਜਿਦ ਵਿੱਚ ਨਮਾਜ਼ ਪੜ੍ਹ ਰਹੇ ਸਨ। ਇਲਾਕੇ ਵਿੱਚ ਹੁਣ ਸਰਚਿੰਗ ਜਾਰੀ ਹੈ। ਮੁਹੰਮਦ ਸ਼ਫੀ ਦੇ ਭਰਾ ਮੁਹੰਮਦ ਮੀਰ ਨੇ ਕਿਹਾ ਕਿ ਸ਼ਫੀ 2012 ਵਿੱਚ SSP ਅਹੁਦੇ ਤੋਂ ਰਿਟਾਇਰ ਹੋਏ। ਅੱਜ ਸਵੇਰੇ ਉਹ ਜਦੋਂ ਨਮਾਜ਼ ਪੜ੍ਹ ਰਹੇ ਸੀ ਤਾਂ
ਉਸ ਤੋਂ ਬਾਅਦ ਉਹਨਾਂ 'ਤੇ ਹਮਲਾ ਹੋ ਗਿਆ ਅਤੇ 4 ਗੋਲੀਆਂ ਅੱਤਵਾਦੀਆਂ ਵੱਲੋਂ ਮਾਰੀਆਂ ਗਈਆਂ। ਉੱਧਰ ਨੈਸ਼ਨਲ ਕਾਨਫਰੰਸ ਦੇ ਸਾਂਸਦ ਫਾਰੂਕ ਅਬਦੁੱਲਾ ਨੇ ਵੀ ਕਿਹਾ ਕਿ ਅਸੀਂ ਭਾਰਤ ਦਾ ਹਿੱਸਾ ਹਨ ਅਤੇ ਹਿੱਸਾ ਰਹਾਂਗੇ। ਉਹਨਾਂ ਕਿਹਾ ਕਿ ਅਗਰ ਅਸੀਂ ਅੱਤਵਾਦ ਨੂੰ ਖਤਮ ਕਰਨਾ ਤਾਂ ਫਿਰ ਉਹਨਾਂ ਦੇ ਤਰੀਕੇ ਲੱਭਣੇ ਹੋਣਗੇ। ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅੱਤਵਾਦ ਸੈਨਾ ਜਾਂ ਪੁਲਿਸ ਦੇ ਜ਼ਰੀਏ ਖਤਮ ਨਹੀਂ ਹੋਵੇਗਾ। ਜੰਮੂ ਕਸ਼ਮੀਰ 'ਚ ਪਿਛਲੇ 4 ਦਿਨਾਂ ਵਿੱਚ ਇਹ ਤੀਸਰੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਰਜੌਰੀ ਵਿੱਚ ਅੱਤਵਾਦੀਆਂ ਨੇ ਸੈਨਾ ਦੇ ਇੱਕ ਕਾਫਲੇ 'ਤੇ ਹਮਲਾ ਕਰਤਾ ਜਿਸ ਨਾਲ 5 ਜਵਾਨ ਸ਼ਹੀਦ ਹੋ ਗਏ ਸੀ। 23 ਦਸੰਬਰ ਨੂੰ ਅੱਤਵਾਦੀਆਂ ਨੇ ਫਿਰ ਅਖਨੂਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ 'ਚ ਇੱਕ ਅੱਤਵਾਦੀ ਮਾਰਿਆ ਗਿਆ ਸੀ। ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇੱਕ ਸੰਸਦ ਵੱਲੋਂ ਉਹਨਾਂ ਦੀ ਮਮਿਕਰੀ ਕਰਨ ਤੋਂ ਬਾਅਦ ਖੁਦ ਨੂੰ ਪੀੜਤ ਦੱਸਿਆ। ਉਹਨਾਂ ਕਿਹਾ ਕਿ ਇੱਕ ਪੀੜਤ ਜਾਣਦਾ ਹੈ ਕਿ ਉਸਨੂੰ ਕੀ ਕੁਝ ਸਹਿਣਾ ਪੈ ਰਿਹਾ। ਉਹਨਾਂ ਕਿਹਾ ਉਹ ਹਾਲੇ ਇਸ ਕਿਸੇ ਦਾ ਸਾਹਮਣਾ ਨਹੀਂ ਕਰ ਰਹੇ, ਲੇਕਿਨ ਹਰ ਕਿਸੇ ਦੇ ਨਾਲ ਅਪਮਾਨ ਕਰਨਾ ਇਹ ਔਖਾ, ਫਿਰ ਵੀ ਇੱਕ ਹੀ ਦਿਸ਼ਾ ਵਿੱਚ ਅੱਗੇ ਵੱਧਦੇ ਰਹਿਣਾ ਚਾਹੀਦਾ ਜੋ ਰਾਸਤਾ ਭਾਰਤ ਮਾਤਾ ਦੀ ਸੇਵਾ ਵੱਲ ਜਾਂਦਾ ਹੈ। ਉਹਨਾਂ ਕਿਹਾ ਕਿ ਅਪਮਾਨ ਸਹਿਣ ਦੇ ਬਾਵਜੂਦ ਕਿਸ ਨੂੰ ਸੇਵਾ ਦੇ ਮਾਰਗ ਤੋਂ ਹਟਣਾ ਨਹੀਂ ਚਾਹੀਦਾ, ਸਾਨੂੰ ਦੂਸਰਿਆਂ ਦੇ ਪੁਆਇੰਟ ਆਫ ਵਿਊ 'ਤੇ ਧਿਆਨ ਦੇਣਾ ਚਾਹੀਦਾ, ਲੇਕਿਨ ਜਦ ਉਹਨਾਂ ਦੇ ਵਿਊ ਤੁਹਾਡੇ ਰਸਤੇ ਵਿੱਚ ਹਟਾਉਣ ਦੇ ਲਈ ਆਏ ਤਾਂ ਤੁਸੀਂ ਲੋਕਾਂ ਨੇ ਆਪਣੀ ਰੀੜ੍ਹ ਦੀ ਹੱਡੀ ਦੀ ਤਾਕਤ ਲਗਾ ਦੇਣੀ। ਅਸਲ 'ਚ ਇਹ ਵਿਚਾਰ ਦੇਸ਼ ਦੇ ਉਪ ਰਾਸ਼ਟਰਪਤੀ ਨਵੇਂ ਆਫਿਸਰ ਜਿਹੜੇ ਇੰਡੀਅਨ ਸਟੈਟਿਸਟੀਕਲ ਸਰਵਿਸ ਦੇ ਵਿੱਚ ਸਿਲੈਕਟ ਹੋਏ ਨੇ ਉਹਨਾਂ ਦੇ ਪ੍ਰੋਬੇਸ਼ਨਰ ਦੇ ਦੌਰਾਨ ਉਸ ਬੈਚ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਭਾਰਤ ਮਾਤਾ ਦੀ ਸੇਵਾ ਕਰਨ ਲਈ ਤੁਹਾਨੂੰ ਲੋਕਾਂ ਦੀ ਆਲੋਚਨਾ ਵੀ ਸਹਿਣੀ ਪਏਗੀ, ਉੱਥੋਂ ਸਿੱਖਣਾ ਵੀ ਪਏਗਾ ਔਰ ਇੱਕ ਸੰਵਿਧਾਨਿਕ ਅਹੁਦੇ 'ਤੇ ਹਾਂ, ਇਸਦੇ ਬਾਵਜੂਦ ਮੈਨੂੰ ਲੋਕ ਨਹੀਂ ਬਖਸ਼ ਰਹੇ। ਉਹਨਾਂ ਕਿਹਾ ਕਿ ਮੈਨੂੰ ਇਸ ਨਾਲ ਮੇਰੀ ਮਾਨਸਿਕਤਾ ਬਦਲਣੀ ਚਾਹੀਦੀ ਜਾਂ ਇਸ ਨਾਲ ਮੇਰੇ ਰਸਤੇ ਨੂੰ ਰਾਸਤਾ ਭਟਕ ਜਾਣਾ ਚਾਹੀਦਾ? ਨਹੀਂ, ਸਾਨੂੰ ਹਮੇਸ਼ਾ ਹੀ ਧਰਮ ਦੇ ਰਾਸਤੇ 'ਤੇ ਅੱਗੇ ਵਧਣਾ ਚਾਹੀਦਾ ਹੈਗਾ। ਹਰ ਦੇ ਸਵਾਲ ਉਠਾਉਣ ਵਾਲੇ ਲੋਕ ਤੁਹਾਡੇ ਆਲੋਚਕ ਹੋ ਸਕਦੇ ਨੇ। ਜਿਨ ਲੋਕਾਂ ਦਾ ਪਾਚਨ ਤੰਤਰ ਸਾਡੇ ਵਿਕਾਸ ਦੇ ਲਈ ਖਰਾਬ ਹੈ, ਉਹਨਾਂ ਤੋਂ ਸਾਨੂੰ ਡਰਨ ਦੀ ਲੋੜ ਨਹੀਂ। ਤੁਹਾਨੂੰ ਦੱਸ ਦਈਏ ਕਿ 19 ਦਸੰਬਰ ਨੂੰ ਸੰਸਦ ਵਿੱਚ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਜਦ ਵਿਰੋਧੀ ਧਿਰਾਂ ਦੇ ਸੰਸਦ ਤੋਂ ਬਾਹਰ ਧਰਨਾ ਦੇ ਰਹੇ ਸੀ ਤਾਂ ਇਸੇ ਦੌਰਾਨ ਸ਼੍ਰੀ ਰਾਮਪੁਰ ਲੋਕ ਸਭਾ ਹਲਕੇ ਤੋਂ TMC ਦੇ ਮੈਂਬਰ ਪਾਰਲੀਮੈਂਟ ਕਲਿਆਣ ਬੈਨਰਜੀ ਨੇ ਜਗਦੀਪ ਧਨਖੜ ਦੀ ਮਮਿਕਰੀ ਕੀਤੀ ਸੀ ਅਤੇ ਉਹ ਮਮਿਕਰੀ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵੀ ਨਿਖੇਧੀ ਕੀਤੀ ਗਈ ਸੀ। ਕੇਰਲ ਦੇ ਵਿੱਚ ਲੈਫਟ ਡੈਮੋਕ੍ਰੈਟਿਕ ਫਰੰਟ ਸਰਕਾਰ ਦੇ ਵਿੱਚ ਕੈਬਨਿਟ ਫੇਰਬਦਲ ਦਾ ਐਲਾਨ ਕੀਤਾ ਗਿਆ। ਇਸ ਤਹਿਤ 2 ਮੰਤਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਹਿਯੋਗੀ ਪਾਰਟੀਆਂ ਦੇ ਲਈ ਚੋਣਾਂ ਨੂੰ ਸਮਝੌਤੇ ਤਹਿਤ ਇਹ ਫੈਸਲਾ ਲਿਆ ਗਿਆ। ਐਂਟਨੀ ਰਾਜੂ ਅਤੇ ਅਹਿਮਦ ਦੇਵਰ ਕੋਵਲ ਨੇ ਮੰਤਰੀ ਪਦ ਤੋਂ ਅਹੁਦਾ ਦੇ ਦਿੱਤਾ ਹੈ। ਮੁੱਖ ਮੰਤਰੀ ਪਿਨਰਾਏ ਵਿਜੇ ਨੇ ਦੋਨਾਂ ਮੰਤਰੀਆਂ ਦਾ ਅਸਤੀਫਾ ਪ੍ਰਵਾਨ ਕਰ ਲਿਆ। 29 ਦਸੰਬਰ ਨੂੰ ਦੋਨੇ ਮੰਤਰੀਆਂ ਦੀ ਜਗ੍ਹਾ ਹੁਣ KB ਗਣੇਸ਼ ਕੁਮਾਰ ਅਤੇ ਰਾਮ ਚੰਦਰਨ ਕੰਨੜਪੱਲੇ ਨਵੇਂ ਮੰਤਰੀ ਬਣਨ ਦੀ ਸਹੁੰ ਚੁੱਕਣਗੇ। ਸਾਲ 2021 ਵਿੱਚ ਹੋਏ ਵਿਧਾਨ ਸਭਾ ਚੋਣਾਂ 'ਤੇ ਤੈਅ ਹੋਇਆ ਸੀ ਕਿ ਵਿਜਨ ਸਰਕਾਰ ਦੇ 2.5 ਸਾਲ ਦੇ ਕਾਰਜਕਾਲ ਦੌਰਾਨ ਬਾਅਦ 'ਚ ਸਰਕਾਰ 'ਚ ਸ਼ਾਮਲ LDF ਦੇ 2 ਮੰਤਰੀ ਅਸਤੀਫਾ ਦੇਣਗੇ ਅਤੇ ਉਹਨਾਂ ਦੀ ਜਗ੍ਹਾ 2 ਲੋਕ 2.5 ਸਾਲ ਦੇ ਲਈ ਦੂਜੀ ਪਾਰਟੀ ਦੇ ਮੰਤਰੀ ਬਣਾਏ ਜਾਣਗੇ। ਦੇਸ਼ ਵਿੱਚ ਟ੍ਰਿਪਲ ਤਲਾਕ ਨੂੰ ਗੈਰ ਕਾਨੂੰਨੀ ਮੰਨਦੇ ਹੋਏ ਦੇਸ਼ ਅੰਦਰ 5 ਸਾਲ ਤੋਂ ਵੱਧ ਸਮਾਂ ਹੋ ਗਿਆ, ਫਿਰ ਵੀ ਇਸ ਦੇ ਮਾਮਲੇ
ਰੁਕਣ ਵਿੱਚ ਨਾਮ ਨਹੀਂ ਲੈ ਰਹੇ। ਦੇਸ਼ ਦੇ ਕਾਨੂੰਨ ਮੰਤਰਾਲੇ ਅਨੁਸਾਰ ਇਸ ਸਾਲ ਵੀ 157,725 ਮੁਸਲਿਮ ਔਰਤਾਂ ਸ਼ਿਕਾਰ ਹੋਈਆਂ ਨੇ ਅਤੇ ਜ਼ਿਆਦਾਤਰ ਇਹ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਨੇ। 19 ਦਸੰਬਰ 2018 ਨੂੰ ਦੇਸ਼ ਅੰਦਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਟ੍ਰਿਪਲ ਤਲਾਕ ਦੀ 13,07,000 ਤੋਂ ਵੱਧ ਸ਼ਿਕਾਇਤਾਂ ਆਈਆਂ ਨੇ। 2019 ਵਿੱਚ 3 ਤਲਾਕ ਦੀ 2.69 ਲੱਖ ਸ਼ਿਕਾਇਤਾਂ ਆਈਆਂ ਸਨ ਅਤੇ 2020 'ਚ ਘੱਟ ਕੇ 95,000 ਰਹਿ ਗਿਆ ਸੀ, ਪਰ 2021 ਵਿੱਚ 5.41 ਲੱਖ ਸ਼ਿਕਾਇਤਾਂ ਪਹੁੰਚ ਗਈਆਂ ਅਤੇ 2022 ਵਿੱਚ ਕੁੱਲ 2.45 ਲੱਖ ਕੇਸ ਆਏ ਨੇ। ਇਹ ਉਹ ਮਾਮਲੇ ਜਿਨ੍ਹਾਂ ਵਿੱਚ ਔਰਤਾਂ ਨੇ ਜਿਹੜੀ ਕਾਨੂੰਨ ਸੇਵਾ ਅਥਾਰਟੀ ਵੱਲੋਂ ਸਹਾਇਤਾ ਪ੍ਰਾਪਤ ਕਰਨ ਲਈ ਅਰਜ਼ੀਆਂ ਦਿੱਤੀਆਂ ਸਨ। ਉੱਧਰ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਬੀ ਐੱਸ ਚੌਹਾਨ ਨੇ ਦੈਨਿਕ ਭਾਸਕਰ ਅਖਬਾਰ ਨੂੰ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਵੱਡੇ ਨੇਤਾ ਉਹਨਾਂ ਲੋਕਾਂ ਨੂੰ ਟ੍ਰਿਪਲ ਤਲਾਕ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਆ। ਸੈਕਸ਼ਨ 7 ਵਰਗੇ ਸਖ਼ਤ ਜਿਹੜੇ ਉਪਬੰਧ ਨੇ ਉਹਨਾਂ ਬਾਰੇ ਦੱਸਣਾ ਚਾਹੀਦਾ। ਇਸ ਵਿੱਚ ਪੀੜਿਤ ਔਰਤ ਦੀ ਗੱਲ ਸੁਣੇ ਬਿਨਾਂ ਪਤੀ ਦੀ ਐਂਟੀਸਪੀਟਰੀ ਬੇਲ ਨਹੀਂ ਹੋ ਸਕਦੀ। ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਲੋਕਾਂ ਵਿੱਚ ਡਰ ਹੋਵੇ, ਉਹ ਫਿਰ ਇਸ ਦਾ ਪਾਲਣ ਕਰਨਗੇ। ਕੋਰਟ ਵੀ ਅਜਿਹੇ ਕੇਸ ਵਿੱਚ ਸਖ਼ਤੀ ਨਾਲ ਨਿਪਟ ਸਕਦੀ ਹੈ। ਉੱਧਰ ਯੂਪੀ ਪੁਲਿਸ ਦੇ ਸਾਬਕਾ DGP ਵਿਕਰਮ ਸਿੰਘ ਦਾ ਕਹਿਣਾ ਕਿ ਪਤੀ ਟ੍ਰਿਪਲ ਤਲਾਕ ਦੀ ਧਮਕੀ ਦੇ ਕੇ ਔਰਤਾਂ 'ਤੇ ਘਰੇਲੂ ਹਿੰਸਾ ਐਕਟ ਦੇ ਤਹਿਤ ਵੀ ਪੁਲਿਸ ਨੂੰ ਔਰਤਾਂ ਸ਼ਿਕਾਇਤ ਦਰਜ ਕਰਵਾ ਸਕਦੀਆਂ ਨੇ। ਕਾਨੂੰਨ ਲਾਗੂ ਕਰਨ ਦੀ ਪਹਿਲੀ ਜ਼ਿੰਮੇਦਾਰੀ ਜਾਂਚ ਏਜੰਸੀ ਦੀ, ਮਤਲਬ ਪੁਲਿਸ ਦੀ ਹੁੰਦੀ ਹੈ। ਵਨ ਨੇਸ਼ਨ ਵਨ ਇਲੈਕਸ਼ਨ 'ਤੇ ਵਿਚਾਰ ਕਰ ਰਹੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਬਣੀ ਕਮੇਟੀ ਦਾ ਕੋਲ ਇੱਕ ਖਾਕਾ ਤਿਆਰ ਹੋ ਚੁੱਕਾ। ਕਾਨੂੰਨ ਆਯੋਗ ਨੇ ਇਸ ਮਤੇ 'ਤੇ ਸਾਰੇ ਦਲ ਅਗਰ ਸਹਿਮਤ ਹੋ ਗਏ ਤਾਂ ਇਹ ਵਨ ਨੇਸ਼ਨ ਵਨ ਇਲੈਕਸ਼ਨ 2029 'ਚ ਲਾਗੂ ਹੋ ਸਕਦਾ। ਇਸ ਲਈ 20 ਦਸੰਬਰ 2026 ਤੱਕ 25 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਕਰਵਾਉਣੀਆਂ ਹੋਣਗੀਆਂ। ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਇਸ ਵਿੱਚ ਸ਼ਾਮਲ ਨਹੀਂ ਹਨ, ਕਿਉਂਕਿ ਇਹਨਾਂ ਰਾਜਾਂ ਵਿੱਚ ਹਾਲ ਹੀ ਨਤੀਜੇ ਆਏ ਨੇ। ਇਸ ਲਈ ਇਹਨਾਂ ਵਿਧਾਨ ਸਭਾ ਦਾ ਕਾਰਜਕਾਲ 6 ਮਹੀਨੇ ਵਧਾ ਕੇ ਜੂਨ 2029 ਤੱਕ ਕੀਤਾ ਜਾ ਸਕਦਾ। ਉਸ ਤੋਂ ਬਾਅਦ ਸਾਰੇ ਸੂਬਿਆਂ ਵਿੱਚ ਇੱਕੋ ਵੇਲੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਹੋ ਸਕਦੀਆਂ ਨੇ। ਜਿਸ ਖਾਕੇ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਪਹਿਲੇ ਚਰਨ ਦੇ ਵਿੱਚ 8 ਸੂਬੇ ਵੋਟਾਂ ਜਿਹੜੀਆਂ ਜੂਨ 2024 ਵਿੱਚ, ਉਹਨਾਂ ਵਿੱਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੜੀਸਾ ਅਤੇ ਸਿੱਕਮ। ਇਹਨਾਂ ਦਾ ਕਾਰਜਕਾਲ ਜੂਨ 2024 ਵਿੱਚ ਪੂਰਾ ਹੋ ਰਿਹਾ। ਹਰਿਆਣਾ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ, ਇਹਨਾਂ ਦਾ ਕਾਰਜਕਾਲ 5-8 ਮਹੀਨੇ ਕਟੌਤੀ ਕਰਨੀ ਹੋਵੇਗੀ। ਫਿਰ ਜੂਨ 2029 ਤੱਕ ਇਹਨਾਂ ਸੂਬਿਆਂ ਵਿੱਚ ਵਿਧਾਨ ਸਭਾ ਦੇ ਪੂਰੇ 5 ਸਾਲ ਚੱਲ ਸਕਦੇ ਨੇ। ਦੂਜੇ ਚਰਨ 'ਚ ਗੱਲ ਕੀਤੀ ਜਾ ਰਹੀ ਹੈ ਕਿ 6 ਸੂਬੇ ਨੇ ਜਿਨ੍ਹਾਂ ਦੇ ਬਿਹਾਰ ਮੌਜੂਦਾ ਕਾਰਜਕਾਲ ਪੂਰਾ ਹੋਏਗਾ, 3.5 ਸਾਲ ਦਾ ਹੀ ਸਾਲ ਬਚਿਆ। ਅਸਮ, ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੁਡੇਚਾਰੀ ਮੌਜੂਦਾ ਕਾਰਜਕਾਲ 3 ਸਾਲ 7 ਮਹੀਨੇ ਕੱਟੇਗਾ। ਉਸ ਤੋਂ ਬਾਅਦ ਕਾਰਜਕਾਲ ਵੀ 3.5 ਸਾਲ ਦਾ ਰਹੇਗਾ। ਤੀਜਾ ਚਰਨ ਦੇ ਵਿੱਚ ਦੱਸਿਆ ਜਾ ਰਿਹਾ ਕਿ 11 ਸੂਬੇ ਰੱਖੇ ਗਏ ਨੇ। ਵੋਟਿੰਗ 2026 ਵਿੱਚ ਉੱਤਰ ਪ੍ਰਦੇਸ਼, ਗੋਵਾ, ਮਣੀਪੁਰ, ਪੰਜਾਬ ਅਤੇ ਉੱਤਰਾਖੰਡ। ਮੌਜੂਦਾ ਕਾਰਜਕਾਲ 3 ਤੋਂ 5 ਮਹੀਨੇ ਕੱਟੇਗਾ, ਇਸ ਤੋਂ ਬਾਅਦ 2.25 ਸਾਲ ਦਾ ਰਹੇਗਾ ਕਾਰਜਕਾਲ। ਗੁਜਰਾਤ, ਕਰਨਾਟਕ, ਹਿਮਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਮੌਜੂਦਾ ਕਾਰਜਕਾਲ 'ਚ 13 ਤੋਂ 17 ਮਹੀਨੇ ਕੱਟੇਗਾ ਅਤੇ ਬਾਅਦ 'ਚ 2.25 ਸਾਲ ਰਹੇਗਾ। ਇਹਨਾਂ 3 ਚਰਨਾਂ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਦਾ ਕਾਰਜਕਾਲ ਜੂਨ 2029 'ਚ ਸਮਾਪਤ ਹੋਏਗਾ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਵਿਡ ਕਮੇਟੀ ਕਾਨੂੰਨ ਕਮਿਸ਼ਨ ਤੋਂ ਇੱਕ ਹੋਰ ਪ੍ਰਸਤਾਵ ਮੰਗੇਗੀ, ਜਿਸ ਵਿੱਚ ਲੋਕਲ ਬੋਡੀ ਚੋਣਾਂ ਨੂੰ ਵੀ ਇਹਨਾਂ 'ਚ ਲੋਕ ਸਭਾ ਅਤੇ ਵਿਧਾਨ ਸਭਾ ਦੇ ਨਾਲ ਹੀ ਸ਼ਾਮਿਲ ਕੀਤਾ ਜਾ ਸਕਦਾ ਹੈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ 'ਚ 8 ਮੈਂਬਰ ਨੇ, ਜਿਨ੍ਹਾਂ ਦੀ ਪਹਿਲੀ ਮੀਟਿੰਗ 23 ਸਤੰਬਰ ਨੂੰ ਹੋਈ ਸੀ, ਜਿਸ ਵਿੱਚ ਹਰੀਸ਼ ਸਾਲਵੇ, ਦੇਸ਼ ਦੇ ਨਾਮੀ ਐਡਵੋਕੇਟ ਅਮਿਤ ਸ਼ਾਹ, ਦੇਸ਼ ਦੇ ਗ੍ਰਹਿ ਮੰਤਰੀ ਅਧੀਰ ਰੰਜਨ ਚੌਧਰੀ, ਕਾਂਗਰਸ ਪਾਰਟੀ ਦੇ ਨੇਤਾ ਗੁਲਾਮ ਨਬੀ ਆਜ਼ਾਦ, ਕਾਂਗਰਸ ਪਾਰਟੀ ਦੇ ਸਾਬਕੇ ਨੇਤਾ ਅਤੇ ਹੁਣ DPA ਪਾਰਟੀ ਦੇ ਪ੍ਰਧਾਨ ਐਨ ਕੇ ਸਿੰਘ, 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਭਾਸ਼ ਕਸ਼ਪ, ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਸੰਜੇ ਕੋਠਾਰੀ, ਚੀਫ ਫਾਰਮਰ ਜਿਹੜੇ ਸਾਬਕਾ ਵਿਜੀਲੈਂਸ ਕਮਿਸ਼ਨ ਰਹਿ ਚੁੱਕੇ ਉਹ ਇਸ ਕਮੇਟੀ ਦੇ ਮੈਂਬਰ ਹਨ। ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜੇ ਖੜਗੇ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਹਨਾਂ ਨੇ ਖੜਗੇ ਨੂੰ 25 ਦਸੰਬਰ ਦੀ ਸ਼ਾਮ 4 ਵਜੇ ਆਪਣੇ ਘਰ ਬੁਲਾਇਆ। ਧਨਖੜ ਨੇ ਪੱਤਰ ਵਿੱਚ ਲਿਖਿਆ ਕਿ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਸਮਾਂ ਕੱਢ ਕੇ ਆਓ। ਇਸ ਦੌਰਾਨ ਸੰਸਦ ਵਿੱਚ ਜੋ ਕੁਝ ਵਿਰੋਧੀ ਧਿਰਾਂ ਦੇ ਸੰਸਦਾਂ ਦੇ ਸਸਪੈਂਸ਼ਨ ਦੇ ਮੁੱਦੇ ਨੇ, ਉਸ 'ਤੇ ਗੱਲਬਾਤ ਹੋ ਸਕੇਗੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਦਨ ਦੀ ਵਿਵਸਥਾ ਜਾਣ ਬੁੱਝ ਕੇ ਫੈਲਾਈ ਗਈ ਅਤੇ ਇਹ ਰਣਨੀਤੀ ਦਾ ਹਿੱਸਾ, ਮੈਂ ਮੁੱਖ ਵਿਰੋਧੀ ਧਿਰ ਦੀ ਜਿਹੜੀ ਜ਼ਿੰਮੇਵਾਰੀ ਆ ਉਹਦੀ ਭੂਮਿਕਾ ਦਾ ਸੰਕੇਤ ਦੇ ਕੇ ਤੁਹਾਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ, ਲੇਕਿਨ ਜਦ ਤੁਸੀਂ ਮੈਨੂੰ ਮਿਲਣ ਆਓਗੇ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗਾ। ਉਪ ਰਾਸ਼ਟਰਪਤੀ ਨੇ ਲੈਟਰ ਖੜਗੇ ਨੂੰ 22 ਦਸੰਬਰ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਲਿਖਿਆ, ਰਾਜ ਸਭਾ ਦੇ ਸਪੀਕਰ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਦੇ ਨੇਤਾ ਗੱਲਬਾਤ ਅਤੇ ਚਰਚਾ ਨੂੰ ਵਧਾਉਣ ਵਾਸਤੇ ਵਿਸ਼ਵਾਸ ਰੱਖਣ ਦਾ ਦਾਅਵਾ ਕਰਦੇ ਨੇ ਔਰ ਇਹ ਆਚਰਣ ਵੀ ਸਦਨ ਵਿੱਚ ਦਿਖਣਾ ਚਾਹੀਦਾ। ਉਹਨਾਂ ਲਿਖਿਆ ਕਿ ਪੂਰੇ ਸੈਸ਼ਨ ਦੌਰਾਨ ਸਦਨ ਵਿੱਚ ਗੱਲਬਾਤ ਦੇ ਲਈ ਤੁਹਾਡੀ ਸਹਿਮਤੀ ਯਕੀਨੀ ਕਰਨ ਬਾਰੇ ਮੇਰੇ ਵਾਰ-ਵਾਰ ਬੇਨਤੀ ਦੇ ਬਾਵਜੂਦ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਧਨਖੜ ਨੇ ਅੱਗੇ ਵਿਰੋਧੀ ਧਿਰਾਂ ਦੇ ਸੰਸਦਾਂ ਦੀ ਸਸਪੈਂਸ਼ਨ 'ਤੇ ਵੀ ਗੱਲ ਕੀਤੀ। ਉਹਨਾਂ ਲਿਖਿਆ ਕਿ MP ਨੇ ਸਦਨ ਵਿੱਚ ਨਾਅਰੇਬਾਜ਼ੀ, ਤਖਤੀਆਂ ਲਰਾਉਣਾ, ਸਦਨ ਦੇ ਵੈਲ ਵਿੱਚ ਐਂਟਰੀ ਕਰਨਾ ਅਤੇ ਚੇਅਰਮੈਨ ਵੱਲ ਇਸ਼ਾਰਾ ਕਰਕੇ ਜਾਣਬੁੱਝ ਕੇ ਵਿਵਸਥਾ ਦੇ ਵਿੱਚ ਵਿਗਾੜ ਕਰਨਾ, ਇਹ ਸ਼ੋਭਾ ਨਹੀਂ ਦਿੰਦਾ। ਇਸੇ ਕਰਕੇ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ। ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ BJP ਦੇ ਵਿਵਾਦਿਤ MP ਬ੍ਰਜਭੂਸ਼ਣ ਸ਼ਰਨ ਸਿੰਘ ਨੇ ਫੈਡਰੇਸ਼ਨ ਨੂੰ ਮੁਅੱਤਲ ਕੀਤੇ ਜਾਣ 'ਤੇ ਇਤਰਾਜ਼ ਵਿਅਕਤ ਕੀਤਾ। ਉਹਨਾਂ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਖੇਡ ਵਾਤਾਵਰਨ ਫਿਰ ਤੋਂ ਸ਼ੁਰੂ ਹੋ ਸਕੇ ਇਸ ਲਈ ਗੋਂਡਾ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਸੀ। ਸਰਕਾਰ ਫੈਡਰੇਸ਼ਨ 'ਤੇ ਰੋਕ ਲਗਾਉਣ ਦੀ ਬਜਾਏ ਚੈਂਪੀਅਨਸ਼ਿਪ ਨੂੰ ਆਪਣੀ ਨਿਗਰਾਨੀ ਵਿੱਚ ਕਰਾਏ ਤਾਂ ਜੋ ਖਿਡਾਰੀਆਂ ਦਾ ਨੁਕਸਾਨ ਨਾ ਹੋ ਸਕੇ। ਖੇਡ ਅਤੇ ਯੁਵਾ ਮੰਤਰਾਲੇ ਨੇ 21 ਦਸੰਬਰ ਨੂੰ ਗਠਿਤ ਨਵੀਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਬ੍ਰਜਭੂਸ਼ਣ ਨੇ BJP ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੇ ਬਾਅਦ ਉਹਨਾਂ ਨੇ ਨਵੀਂ ਦਿੱਲੀ ਵਿੱਚ ਮੀਡੀਆ ਦੇ ਨਾਲ ਗੱਲਬਾਤ ਕੀਤੀ। ਬ੍ਰਜਭੂਸ਼ਣ ਕਿਹਾ ਕਿ ਮੈਂ ਕੁਸ਼ਤੀ ਫੈਡਰੇਸ਼ਨ ਤੋਂ ਸੰਨਿਆਸ ਲੈ ਚੁੱਕਾ, ਹੁਣ ਸਰਕਾਰ ਦੇ ਫੈਸਲੇ 'ਤੇ ਜੋ ਗੱਲਬਾਤ ਕਰਨੀ ਹੋਏਗੀ ਉਹ ਨਵੀਂ ਫੈਡਰੇਸ਼ਨ ਕਰੇਗੀ। ਮੇਰਾ ਇਸ ਫੈਡਰੇਸ਼ਨ ਦੇ ਨਾਲ ਹੁਣ ਕੋਈ ਲੈਣਾ ਦੇਣਾ ਨਹੀਂ ਆ, ਮੈਂ ਸੰਸਦ ਹਾਂ ਅਤੇ ਆਪਣੇ ਕੰਮ 'ਤੇ ਹੀ ਫੋਕਸ ਕਰੂੰਗਾ। ਖਿਡਾਰੀਆਂ ਦੇ ਹਿੱਤ ਨੂੰ ਦੇਖਦੇ ਹੋਏ ਮੇਰਾ ਸਰਕਾਰ ਨੂੰ ਅਪੀਲ ਹੈ ਕਿ ਉਹ ਨੈਸ਼ਨਲ ਚੈਂਪੀਅਨਸ਼ਿਪ 'ਤੇ ਲੱਗੀ ਰੋਕ ਹਟਾਵੇ ਤਾਂ ਜੋ ਪਹਿਲਵਾਨਾਂ ਦਾ ਨੁਕਸਾਨ ਨਾ ਹੋਵੇ।
ਬ੍ਰਿਜਭੂਸ਼ਣ ਨੇ ਦਬਦਬਾ ਹੈ ਤਾਂ ਦਬਦਬਾ ਰਹੇਗਾ ਦੇ ਪੋਸਟਰ ਲਾਏ ਜਾਣ ਦੇ ਬਾਅਦ ਕਿਹਾ ਕਿ ਮੇਰਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ। ਵਧੇਰੇ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।